ਪੁਲਿਸ ਦੇ ਵਿੱਚ ਲਿਆ ਕੇ ਇਹਨਾਂ ਨੇ ਕਿਹਾ 300 ਬੰਦਾ 300 ਬੰਦਾ ਭਰਤੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਵੀ ਪੰਜਾਬੀ ਨਹੀਂ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਿਕਿਉਰਿਟੀ ਸੀ ਜਿਹੜਾ ASI ਸੀ ਸਬ ਇੰਸਪੈਕਟਰ ਬਣਨਾ ਸੀ, ਸਬ ਇੰਸਪੈਕਟਰ ਸੀਗਾ ਉਹਨੇ DSP ਇੰਸਪੈਕਟਰ ਬਣਨਾ, ਇੰਸਪੈਕਟਰ ਨੇ DSP ਬਣਨਾ ਸੀ, ਉਹ ਸਿਕਿਉਰਿਟੀ ਉਹਨਾਂ ਦੀ ਖਤਮ ਕਰ ਦਿੱਤੀ ਗਈ। ਉਹਨਾਂ ਦੇ ਉੱਤੇ ਲਿਆ ਕੇ ਇਹ ਬੰਦੇ ਬਿਠਾ ਦਿੱਤੇ ਗਏ, ਫਿੱਟ ਕਰ ਦਿੱਤੇ। ਪਰ ਇਹਨਾਂ ਨੇ ਡੈਪੂਟੇਸ਼ਨ 'ਤੇ ਲਿਆਉਣ ਦੀ ਬਜਾਏ 300 ਦਾ 300 ਬੰਦਾ ਪੰਜਾਬ ਪੁਲਿਸ ਵਿੱਚ ਮਰਜ ਕਰਤਾ। ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ 300 ਜਾਂ ਕਿੰਨੇ ਕੋਈ ਨੰਬਰਾਂ ਦੀ ਭਰਤੀ ਕੀਤੀ ਗਈ ਔਰ ਉਹਦੇ 'ਤੇ ਸਭ ਤੋਂ ਵੱਡੀ ਜ਼ਿੰਮੇਵਾਰ ਕਹੀ ਗਈ ਹੈ ਕਿ ਗੈਰ ਪੰਜਾਬੀਆਂ ਦੀ ਉਹਦੇ 'ਚ ਭਰਤੀ ਕੀਤੀ ਗਈ ਹੈ। ਉਹਨੇ ਮੈਂ DGP ਪੰਜਾਬ ਨੂੰ 7 ਦਿਨ ਦੇ ਵਿੱਚ ਲਿਖ ਕੇ ਭੇਜ ਦਿੱਤਾ ਕਿ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਔਰ ਜੇ ਮੈਨੂੰ ਉਹਦੇ 'ਚ ਕੋਈ ਕੋਤਾਹੀ ਦਿਸੀ ਜਾਂ ਕੋਈ ਇਹੋ ਜਿਹੀ ਗਲਤ ਗੈਰ ਕਾਨੂੰਨੀ ਟਾਂਡਕ ਦੇ ਨਾਲ ਉਹ ਭਰਤੀ ਕੀਤੀ ਗਈ ਆ, ਉਹਦੇ 'ਤੇ ਤੁਰੰਤ ਐਕਸ਼ਨ ਕੀਤਾ ਜਾਵੇਗਾ ਔਰ ਬੜਾ ਸਖਤੀ ਨਾਲ ਉਸ ਐਕਸ਼ਨ ਨੂੰ ਲਾਗੂ ਕੀਤਾ ਜਾਵੇਗਾ। ਪੰਜਾਬ ਪੁਲਿਸ 'ਚ ਗੈਰ ਪੰਜਾਬੀਆਂ ਦੀ ਹੋਈ ਭਰਤੀ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ। ਇਸ ਨੂੰ ਦੇਖਦਿਆਂ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ। ਹੁਣ ਇਸ 'ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ DGP ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਦੇ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਿਹਾ ਗਿਆ ਕਿ DGP ਉਹਨਾਂ ਨੂੰ ਇਹ ਰਿਪੋਰਟ 7 ਦਿਨਾਂ ਦੇ ਅੰਦਰ ਸੌਂਪਣ। ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਮੁੱਚੇ ਮਾਮਲੇ ਦੀ ਤਹਿ ਤੱਕ ਜਾਵੇਗੀ। ਜੇਕਰ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਕੋਈ ਉਲੰਘਣਾ ਜਾਂ ਫਿਰ ਬੇਨਿਯਮੀ ਪਾਈ ਗਈ ਹੈ ਤਾਂ ਉਸ ਮੁਤਾਬਿਕ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਲੱਖਾ ਸਿਧਾਣਾ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਗੈਰ ਪੰਜਾਬੀਆਂ ਦੀ ਭਰਤੀ ਹੋਈ ਹੈ, ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸਖ਼ਤ ਨੋਟਿਸ ਲਿਆ ਗਿਆ। ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ 300 ਜਾਂ ਕਿੰਨੇ ਕੋਈ ਨੰਬਰਾਂ ਦੀ ਭਰਤੀ ਕੀਤੀ ਗਈ ਔਰ ਉਹਦੇ 'ਤੇ ਸਭ ਤੋਂ ਵੱਡੀ ਜ਼ਿੰਮੇਵਾਰ ਕਹੀ ਗਈ ਹੈ ਕਿ ਗੈਰ ਪੰਜਾਬੀਆਂ ਦੀ ਉਹਦੇ 'ਚ ਭਰਤੀ ਕੀਤੀ ਗਈ ਹੈ। ਉਹਨੇ ਮੈਂ DGP ਪੰਜਾਬ ਨੂੰ 7 ਦਿਨ ਦੇ ਵਿੱਚ ਲਿਖ ਕੇ ਭੇਜ ਦਿੱਤਾ ਕਿ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਔਰ ਜੇ ਮੈਨੂੰ ਉਹਦੇ 'ਚ ਕੋਈ ਕੋਤਾਹੀ ਦਿਸੀ ਜਾਂ ਕੋਈ ਇਹੋ ਜਿਹੀ ਗਲਤ ਗੈਰ ਕਾਨੂੰਨੀ ਟਾਂਡਕ ਦੇ ਨਾਲ ਉਹ ਭਰਤੀ ਕੀਤੀ ਗਈ ਆ, ਉਹਦੇ 'ਤੇ ਤੁਰੰਤ ਐਕਸ਼ਨ ਕੀਤਾ ਜਾਵੇਗਾ ਔਰ ਬੜਾ ਸਖਤੀ ਨਾਲ ਉਸ ਐਕਸ਼ਨ ਨੂੰ ਲਾਗੂ ਕੀਤਾ ਜਾਵੇਗਾ।